ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੀ 5 ਸੀਟਾਂ ਤੇ ਹਾਰ ਦਾ ਠੀਕਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਭੰਦਿਆ ਉਹਨਾਂ ਕੋਲੋਂ ਸਥਾਨਕ ਸਰਕਾਰਾਂ ਦਾ ਵਿਭਾਗ ਖੋਲਿਆ, ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅਜੇ ਆਪਣਾ ਨਵਾਂ ਵਿਭਾਗ ਗ੍ਰਹਿਣ ਨਹੀਂ ਕੀਤਾ। ਪਰ ਇਹ ਸਭ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਫੀ ਖੁਸ਼ ਦਿਖਾਈ ਦਿੰਦੇ ਨੇ। ਜਦੋਂ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਬਦਲਿਆ ਗਿਆ, ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵਿੱਟਰ ਹੈਂਡਲ ਤੇ ਇੱਕ ਟਵੀਟ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਸਾਫ਼ ਲਿਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਦਾ ਵਿਭਾਗ ਖੋਲਿਆ, ਕਿਉਂਕਿ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਸ਼ਹਿਰੀ ਹਲਕਿਆਂ ਦੇ ਵਿੱਚ ਹਰਾ ਦਿੱਤਾ ਅਤੇ ਹੁਣ ਉਹਨਾਂ ਨੂੰ ਬਿਜਲੀ ਮੰਤਰੀ ਬਣਾ ਦਿੱਤਾ ਗਿਆ ਤਾਂ ਜੋ ਨਵਜੋਤ ਸਿੰਘ ਸਿੱਧੂ ਹੁਣ ਪਿੰਡਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਨੂੰ ਹਰਾ ਸਕਣ। ਇਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਇਸ ਟਵੀਟ ਤੋਂ ਇਹ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ ਐਕਸ਼ਨ ਤੋਂ ਸ਼੍ਰੋਮਣੀ ਅਕਾਲੀ ਦਲ ਕਾਫੀ ਖੁਸ਼ ਦਿਖਾਈ ਦਿੰਦਾ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਖਾਸ ਤੌਰ ਤੇ ਬਾਦਲ ਪਰਿਵਾਰ ਤੇ ਨਿਸ਼ਾਨਾ ਜ਼ਰੂਰ ਸਾਧਦੇ ਨੇ। ਪਰ ਇਹ ਸਭ ਦੇ ਵਿੱਚ ਕਾਂਗਰਸ ਪਾਰਟੀ ਇਹ ਸਾਰੇ ਮਸਲੇ ਤੇ ਪੋਚੇ ਪਾਉਣ ਤੇ ਲੱਗੀ ਹੋਈ ਹੈ। ਜਦੋਂ ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾ ਰਜਿੰਦਰ ਕੌਰ ਭੱਠਲ ਤੋਂ ਨਵਜੋਤ ਸਿੰਘ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਉਹ ਤਾਂ ਚੀਫ ਮਿਨਿਸਟਰ ਪ੍ਰੈਰੋਗੇਟਿਵ ਹੈ, ਆਲਵੇਜ਼ ਜਿਹੜੀਆਂ ਹੁੰਦੀਆਂ ਪਾਵਰ ਜੋ ਸੀਐਮ ਦੇ ਉੱਠ ਚੱਕਣ ਤੋਂ ਬਾਅਦ ਸੀਐਮ ਨੇ ਮਹਿਕਮੇ ਦੇਣੇ ਹੁੰਦੇ ਆ, ਅਲੋਟ ਕਰਨੇ ਹੁੰਦੇ ਆ, ਸੀਐਮ ਨੇ ਚੇਂਜ ਕਰਨੀ ਹੁੰਦੀ ਹੈ। ਉਹਨਾਂ ਦਾ ਆਪਣਾ ਪ੍ਰੈਰੋਗੇਟਿਵ ਹੈ ਜੋ ਉਹਨਾਂ ਠੀਕ ਸਮਝਿਆ ਕੀਤਾ ਨਹੀਂ। ਉਹ ਤਾਂ ਸਿੱਧੂ ਨੇ ਕਿਹਾ ਹੀ ਹੈਗਾ ਕਿ ਮੇਰੇ ਮਹਿਕਮੇ ਦਾ ਕੋਈ ਏਜੰਡੇ 'ਚ ਆਈਟਮ ਹੀ ਨਹੀਂ ਸੀ। ਬਹੁਤ ਵਾਰੀ ਹੁੰਦਾ ਇਸ ਤਰ੍ਹਾਂ ਹੀ, ਇਕੱਲਾ ਇਸ ਵਾਰ ਨਹੀਂ ਹੈਗਾ, ਮੈਂ ਵੀ ਇੰਨੀਆਂ ਕੈਬਨਿਟਾਂ 'ਚ ਗਈ ਹਾਂ। ਕਈ ਵਾਰੀ ਕਿਸੇ ਵੀ ਮਿਨਿਸਟਰ ਦਾ ਕੋਈ ਨਹੀਂ ਕੰਮ ਹੁੰਦਾ ਤਾਂ ਕੋਈ ਜ਼ਰੂਰੀ ਨਹੀਂ ਕਿ ਉਸ ਵਿੱਚ ਹਾਜ਼ਰਾ ਹੋਵੇ ਜੇ ਕਿਤੇ ਕੰਮ ਜਾ ਸਕਦਾ। ਦਰਅਸਲ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲਣ ਤੋਂ ਬਾਅਦ ਅਜੇ ਤੱਕ ਨਵਜੋਤ ਸਿੰਘ ਸਿੱਧੂ ਨੇ ਆਪਣਾ ਮਹਿਕਮਾ ਗ੍ਰਹਿਣ ਨਹੀਂ ਕੀਤਾ, ਜਦਕਿ ਦੂਜੇ ਮੰਤਰੀਆਂ ਨੇ ਲਗਭਗ ਆਪਣੇ ਆਪਣੇ ਵਿਭਾਗ ਸੰਭਾਲ ਲਏ ਨੇ। ਪਰ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਨਾਰਾਜ਼ ਹੋ ਕੇ ਦਿੱਲੀ ਜਾ ਚੁੱਕੇ ਨੇ, ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ। ਹਾਲਾਂਕਿ ਇਸ ਖਬਰ ਦੀ ਪੁਸ਼ਟੀ ਦਾ ਪੰਜਾਬ ਟੀਵੀ ਪੂਰੀ ਤਰ੍ਹਾਂ ਨਹੀਂ ਕਰਦਾ, ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਆਪਣਾ ਵਿਭਾਗ ਨਹੀਂ ਸੰਭਾਲ ਰਹੇ ਅਤੇ ਉਹ ਦਿੱਲੀ ਜਾ ਚੁੱਕੇ ਨੇ, ਨਾਰਾਜ਼ ਹੋ ਚੁੱਕੇ ਨੇ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਜਦੋਂ ਵਿਭਾਗ ਨਹੀਂ ਸੀ ਬਦਲਿਆ ਉਦੋਂ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੇ ਵਿਭਾਗ ਦਾ ਲੇਖਾ ਜੋਖਾ ਦਿੱਤਾ ਸੀ। ਜਦੋਂ ਉਹਨਾਂ ਦਾ ਪੁੱਛਿਆ ਗਿਆ ਸੀ ਕਿ ਜੇਕਰ ਫਿਰ ਵੀ ਤੁਸੀਂ ਲੇਖਾ ਜੋਖਾ ਦੇ ਦਿੱਤਾ, ਪਰ ਫਿਰ ਵੀ ਜੇਕਰ ਤੁਹਾਡਾ ਵਿਭਾਗ ਤੁਹਾਡੇ ਕੋਲੋਂ ਖੋਲਿਆ ਜਾਂਦਾ, ਬਦਲ ਦਿੱਤਾ ਜਾਂਦਾ, ਤਾਂ ਤੁਸੀਂ ਕੀ ਕਰੋਗੇ, ਤਾਂ ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਆਪਣਾ ਨਿਰਣਾ ਦੇਣਗੇ ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਫੈਸਲਾ ਸੁਣਾਵਾਂਗਾ। ਪਰ ਅਜੇ ਤੱਕ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਮਹਿਕਮਾ ਗ੍ਰਹਿਣ ਨਹੀਂ ਕੀਤਾ, ਉਸ ਨੂੰ ਅਹੁਦੇ ਨੂੰ ਨਹੀਂ ਸੰਭਾਲਿਆ। ਨਵਜੋਤ ਸਿੰਘ ਸਿੱਧੂ ਗਾਇਬ ਨੇ, ਜਦੋਂ ਹੁਣ ਮੀਡੀਆ ਦੇ ਸਾਹਮਣੇ ਆਉਣਗੇ ਤਾਂ ਕੀ ਖੁਲਾਸਾ ਕਰਨਗੇ, ਕੀ ਧਮਾਕਾ ਕਰਨਗੇ, ਜਾਂ ਫਿਰ ਚੁੱਪਚਾਪ ਆਪਣਾ ਅਹੁਦਾ ਗ੍ਰਹਿਣ ਕਰ ਲੈਣਗੇ, ਆਪਣਾ ਵਿਭਾਗ ਸੰਭਾਲ ਲੈਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲ ਕੇ ਸਹੀ ਕਦਮ ਚੁੱਕਿਆ, ਨਵਜੋਤ ਸਿੰਘ ਸਿੱਧੂ ਨੇ ਸ਼ਹਿਰੀ ਇਲਾਕਿਆਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਹਰਾਇਆ? ਹਾਲਾਂਕਿ ਸਿੱਧੂ ਅਜਿਹਾ ਨਹੀਂ ਮੰਨਦੇ। ਇਸ ਬਾਰੇ ਤੁਹਾਡੀ ਜੋ ਵੀ ਰਾਏ ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਯੂਟਿਊਬ ਤੇ ਦਾ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਵਾਲਾ ਬਟਨ ਜ਼ਰੂਰ ਦਬਾਲਣਾ। ਅਤੇ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਤੇ ਸਾਡਾ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ, ਹਰ ਖਬਰ ਦਾ ਸੱਚ।